ਅੰਬ ਕਿਵੇਂ ਲਾਏ ਨੇ? ਉਹ ਅੰਬ ਲੈਣੇ ਜਦੋਂ ਵੀ ਘਰਦਿਆਂ ਨੂੰ ਵੀਡੀਓ ਕਾਲ ਲਾ ਲਓ ਨਾ, ਉਹਨਾਂ ਦਾ ਫੋਨ ਇੱਥੇ ਪਤਾ ਨਹੀਂ ਕਿਉਂ ਆ ਜਾਂਦਾ। ਹੈਲੋ, ਹਾਂ ਮੈਂ ਠੀਕ ਠਾਕ ਹਾਂ। ਨਹੀਂ ਇੱਥੇ ਤਾਂ ਅੱਜ ਦਿਨ ਚੜਿਆ। ਚੱਲ ਚੰਗਾ, ਮੈਂ ਧਾਰ ਕੱਢਾਂ ਵਾਂ। ਬਾਏ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਿਲਮੀ ਤੜਕਾ ਅਤੇ ਮੈਂ ਆ ਦੀਪ ਸੰਦੀਪ। ਤੁਸੀਂ ਅਕਸਰ ਦੇਖਿਆ ਹੋਣਾ ਕਿ ਲੋਕ ਜਿਮ ਦੇ ਵਿੱਚ ਫਿਟਨੈਸ ਲਈ ਜਾਂਦੇ ਨੇ, ਵਰਕਆਊਟ ਲਈ ਜਾਂਦੇ ਨੇ, ਪਰ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਕਲਾਕਾਰ ਅਜਿਹਾ ਵੀ ਹੈ ਜੋ ਜਿਮ ਦੇ ਵਿੱਚ ਵਰਕਆਊਟ ਬਿਲਕੁਲ ਨਹੀਂ ਕਰਦਾ, ਸਿਰਫ ਕਮੇਡੀ ਕਰਦਾ ਹੈ। ਵੈਸੇ ਤਾਂ ਦਰਸ਼ਕ ਉਸਨੂੰ ਗਾਂਧੀ ਫਿਲਮ ਤੋਂ ਬਾਅਦ ਭੋਲੇ ਦੇ ਨਾਮ ਤੋਂ ਹੀ ਜਾਣਦੇ ਨੇ, ਪਰ ਉਸਦਾ ਜਿਹੜਾ ਅਸਲੀ ਨਾਮ ਹੈ ਉਹ ਜਗਜੀਤ ਸੰਧੂ ਹੈ। ਤਾਂ ਫਿਰ ਆਓ ਤੁਹਾਨੂੰ ਦਿਖਾ ਦਿੰਦੇ ਹਾਂ ਜਗਜੀਤ ਸੰਧੂ ਔਰ ਭੋਲੇ ਦੀਆਂ ਉਹ ਖਾਸ ਵੀਡੀਓ ਜੋ ਤੁਹਾਡੇ ਵੀ ਟਿੱਡੀ ਪੀੜਾ ਪਾ ਦੇਣਗੀਆਂ। ਬਾਈ ਜਦੋਂ ਤੁਸੀਂ ਕਿਤੇ ਜਾਂਦੇ ਕੀ ਕਹਿੰਦੇ ਲੋਕ? ਫੈਨ ਮਿਲਦੇ ਹੁੰਦੇ ਜਦੋਂ? ਹਾਂ, ਜਦੋਂ ਫੈਨ ਮਿਲਦੇ ਨੇ ਮੈਨੂੰ ਦੇਖ ਕੇ ਤਾਂ ਇਹੀ ਕਹਿੰਦੇ ਆ ਬਾਈ ਮਾਲ ਖੜਾ। ਤੇ ਆ ਜਿੰਨਾ ਅੱਜ ਤੁਸੀਂ ਕਿਊਟ ਲੱਗਦੇ ਆ, ਤੇ ਇਹ ਕਿੱਦਾਂ ਅੱਜ? ਹੁਣ ਚਾਹ ਪਾਣੀ ਪੁੱਛ ਸਕਦੇ ਆ ਨਾ? ਚਾਹ ਪਾਣੀ ਪੁੱਛ ਸਕਦੇ ਹੁਣ ਤਾਂ ਮੈਨੂੰ ਲੱਗਦਾ ਆ ਜਾ ਬਾਈ ਚਾਹ ਤੂੰ ਪੀ ਲੋ ਨਾ, ਨਹੀਂ ਤਾਂ ਇਹ ਲੱਗਦਾ ਨਾ ਬਾਈ ਚੈਨੀ ਕਹਿਣੀ ਬਾਈ ਨਵਾਂ ਘੈਂਟ ਗਾਣਾ ਪਹਿਲੀ ਵਾਰੀ ਬਾਈ ਗਾਣੇ ਚਾਹ ਰਿਹਾ ਤੇ ਸੋਹਣਾ ਵੀ ਬੜਾ ਆਇਆ। ਜਦੋਂ ਵੀ ਘਰਦਿਆਂ ਨੂੰ ਵੀਡੀਓ ਕਾਲ ਲਾ ਲਓ ਨਾ, ਉਹਨਾਂ ਦਾ ਫੋਨ ਇੱਥੇ ਪਤਾ ਨਹੀਂ ਕਿਉਂ ਆ ਜਾਂਦਾ। ਹੈਲੋ, ਹਾਂ ਮੈਂ ਠੀਕ ਠਾਕ ਹਾਂ। ਨਹੀਂ ਇੱਥੇ ਤਾਂ ਅੱਜ ਦਿਨ ਚੜਿਆ। ਚੱਲ ਚੰਗਾ, ਮੈਂ ਧਾਰ ਕੱਢਾਂ ਵਾਂ। ਬਾਏ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚ ਚੁੱਕੇ ਹਾਂ ਉਦੈਪੁਰ, ਟੂਰ ਮਾਰ ਰਹੇ ਹਾਂ ਵਧੀਆ ਘੁੰਮਣ। ਹਾਂਜੀ, ਬੂਟੀ ਹੈ ਹਮਾਰੇ ਪਾਸ ਬਹੁਤ ਅੱਛੀ ਆਪਕੇ ਲਈ। ਕੌਨ ਸੀ ਬੂਟੀ? ਅਰੇ ਸ਼ਿਲਾਜੀਤ ਹੈ ਹਮਾਰੇ ਪਾਸ, ਆਪਕੇ ਲਈ ਕਾਮ ਆਏਗੀ, ਬੜੀ ਪਰਸਨੈਲਿਟੀ ਹੈ ਆਪਕੀ, ਆਪ ਬਹੁਤ ਕੁਛ ਕਰ ਰਹੇ। ਅੱਛਾ, ਹਾਂ ਸ਼ਿਲਾਜੀਤ ਸੇ ਕਿਆ ਹੋਤਾ ਹੈ? ਅਰੇ ਸ਼ਿਲਾਜੀਤ ਸੇ ਤੋ ਬਹੁਤ ਕੁਛ ਹੋ ਜਾਤਾ ਹੈ ਭਾਈ, ਪਰ ਆਪ ਸ਼ੁਰੂ ਤੋ ਕਰੋ ਨਾ। एक शिलाजीत के साथ और अलग से बूटी देते हैं, आपकी पर्सनैलिटी में करिश्मा हो जाएगा, जिस अंग्रेजन के ऊपर उंगली रखोगे खींची चले जाएंगे। काम पे जा रहे हो भैया लोग? हाँ बाबू जी जा रहे हैं। काम पे जा रहे हो? छोटे इधर आ, इधर आ, इधर आ भाई, अब 500 दूंगा। ओए क्यों पंगा लेते हो? इतना तो बहुत ज्यादा नहीं बनता अपने बच्चे। ये वाला ना ज्यादा ध्यान काम पे देता होता ना, तो तेरी भी फोटो लग जानी। फोटो देख लिया बाल कट गई। ओ माय गॉड, इधर इधर। ओ माय गॉड, ओ माय गॉड। उनकी बात कर रहा हूँ। थैंक यू सर, थैंक यू, आपने बहुत अच्छा काम किया सर। फोटो प्लीज। ਬੱਸ ਨਹੀਂ ਚੜਿਆ ਜਾਂਦਾ, ਹੁਣ ਤਾਂ ਕਿਰਾਇਆ ਵੀ ਫ੍ਰੀ ਹੈ।
ਭਾਈ ਅੰਬ ਕਿੰਨੇ ਲਾਏ ਨੇ ਅੰਬ ਲੈਣੇ ਸੋ ਦਰਸ਼ਕੋ ਤੁਹਾਨੂੰ ਕਿਵੇਂ ਲੱਗੀ ਸਾਡੀ ਅੱਜ ਦੀ ਖਾਸ ਰਿਪੋਰਟ ਕਮੈਂਟ ਕਰਨਾ ਨਾ ਭੁੱਲਣਾ ਮੈਨੂੰ ਯਾਨੀ ਕਿ ਦੀਪ ਸੰਦੀਪ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਫਿਲਮੀ ਤੜਕਾ